ਇੱਕ ਪਿਓ ਦੀ ਲਾ ਲੈ ਕੈਮਰਾ ਥੱਲੇ ਕਰ ਲੈ ਮਰਦ ਨੀ ਜਨਾਨੀ ਨੇ ਪੱਲੂ ਪਛਾਣਾ ਕੀ ਕੀਤਾ ਸ਼ੁਰੂ ਕਰ ਲਏ ਇਹੀ ਦੌੜ ਕੇ ਥਾਣੇ ਚਲੇ ਗਏ ਥਾਣਾ ਚਾਰ ਨੰਬਰ ਵਿੱਚ ਉਹ ਜਿਹੜੇ ਸੀਗੇ ਜਿਹੜੇ ਦਿਲਪ੍ਰੀਤ ਮੁੰਡੇ ਦਾ ਨਾਮ ਆ ਉਹ ਵੀ ਪਿੱਛੇ ਆ ਗਿਆ ਤੇ 3-4 ਹੋਰ ਜਿਹੜੇ ਵਿਅਕਤੀ ਸੀ ਉਹਨਾਂ ਦੇ ਨਾਲ ਆ ਗਏ ਤੇ ਮੈਂ ਵੀ ਕਹਿ ਰਿਹਾ ਕਿ ਉਦੋਂ ਦੇ ਕੋਈ ਸੱਟ ਨਹੀਂ ਲੱਗੀ ਸੀ SHO ਸਾਹਿਬ ਦਾ ਵੀ ਦਾਅਵਾ ਇਹੀ ਆ ਕਿ ਬਾਅਦ ਚ ਮਲਾ ਕਟਾ ਕੇ ਆ ਗਿਆ SHO ਸਾਹਿਬ ਨੇ ਉਹਨੂੰ ਇਹ ਗੱਲ ਕਹੀ ਆ ਜਦੋਂ ਪਹਿਲਾਂ ਤੂੰ ਮੈਂ ਤੇਰੇ ਕੋਈ ਸੱਟ ਨਹੀਂ ਲੱਗੀ ਸੀ ਹੁਣ ਤੂੰ ਇਹ ਸੱਟਾਂ ਮਾਰ ਕੇ ਥਾਣੇ ਆ ਗਿਆ ਹੁਣ ਮੈਂ 2 ਮਿੰਟ ਆਪਣੀ ਗੱਲ ਰੱਖਣਾ ਚਾਹੁੰਦਾ ਕਿ ਕਾਨੂੰਨ ਬਣਿਆ ਆ ਜਦੋਂ ਕੋਈ ਵੀ ਕਿਸੇ ਵੀ ਧਰਮ ਦਾ ਬੰਦਾ ਜਦੋਂ ਗਲਤ ਕੰਮ ਕਰਦਾ ਆ ਕੋਈ ਸਾਥ ਨਹੀਂ ਦਿੰਦਾ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਮੈਂ ਸਿੱਖ ਧਰਮ ਦੀ ਬਹੁਤ ਅਸੀਂ ਇੱਜ਼ਤ ਕਰਦੇ ਹਾਂ ਸਾਡਾ ਦਾਸ ਸੇਵਕ ਸਿੱਖ ਦਿਲਪ੍ਰੀਤ ਸਿੰਘ ਜੀ ਤੁਹਾਡੇ ਨਾਲ ਇੱਕ ਪੂਰੀ ਸਿੱਖ ਕੌਮ ਤੋਂ ਇੱਕ ਮਦਦ ਚਾਹੁੰਦਾ ਵਾ ਵੀ ਉਹਨਾਂ ਨੇ ਆਪਣਾ ਪੱਖ ਝੂਠੇ ਪੱਖ ਰੱਖ ਦਿੱਤੇ ਦੂਜੇ ਪੱਖ ਨੇ ਪਰ ਮੇਰੇ ਪੱਖ ਨਾਲ ਪੁਲਿਸ ਕੋਈ ਨਹੀਂ ਲੈ ਰਹੀ ਨਾ ਮੇਰਾ ਪੱਖ ਸੁਣਦੀ ਪਈ ਹੈ ਜਦਕਿ ਮੇਰੀ MLR ਉਹਨਾਂ ਤੋਂ 10 ਮਿੰਟ ਪਹਿਲੇ ਕੱਟੀ ਹੋਈ ਹੈ ਨਾ ਪੁਲਿਸ ਥਾਣੇ ਦੇ ਵਿੱਚੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਵੀ ਆਪਣਾ ਬਿਆਨ ਦੇ ਦਿਓ ਆਪਣਾ ਪਿੱਛੇ ਮੈਨੂੰ 2 ਦਿਨ ਉਹਨਾਂ ਨੇ ਟਰਕਾ ਦਿੱਤਾ ਪੁਲਿਸ ਵਾਲਿਆਂ ਨੇ ਵੀ ਕਹਿੰਦੇ 2 ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਤੇ 2 ਦਿਨਾਂ ਬਾਅਦ ਮੈਨੂੰ ਪਤਾ ਚੱਲਦਾ ਮੇਰੇ ਤੇ SHO ਸਾਹਿਬ ਨੇ ਪਰਚਾ ਕਰ ਦਿੱਤਾ ਦੇਖੋ ਕੱਪੜੇ ਕਿਹਦੇ ਫਟੇ ਹੋਏ ਆ ਮੇਰੇ ਨਿਸ਼ਾਨ ਕਿਹਦੇ ਪਏ ਮੈਂ ਹੱਲੇ ਵੀ ਤੁਹਾਨੂੰ ਉਹ ਨਿਸ਼ਾਨ ਆ ਵੇਖੋ ਦਿਖਾ ਦਿੰਦਾ ਉਸ ਲੇਡੀ ਨੇ ਆਹ ਵੇਖੋ ਮੇਰੇ ਖਰੁੰਦੇ ਮਾਰੇ ਹੋਏ ਆ ਨੌਂਦਰੇ ਉਸ ਲੇਡੀ ਦੇ ਸਰੀਰ ਤੇ ਇੱਕ ਵੀ ਨੌਂਦਰੇ ਨਹੀਂ ਹੈਗੇ ਆਹ ਵੇਖੋ ਮੇਰੀ ਸਿਰੀ ਸਾਹਿਬ ਉਹਨੇ ਹਛੇੜੀ ਮੇਰੀ ਦਾੜੀ ਪੱਟੀ ਪਹਿਲੇ ਉਹ ਆਏ ਸੀਗੇ ਐਕਚੁਅਲੀ ਗੱਲ ਏਦਾਂ ਮੈਂ ਪੂਰੀ ਸ਼ੁਰੂ ਤੋਂ ਤੁਹਾਨੂੰ ਗੱਲ ਦੱਸਣਾ ਭਰਾ ਦਾ ਬੂਟਾ ਦਾ ਹੈਗਾ ਅੱਡਾ ਠੀਕ ਹੈ ਬੂਟਾ ਦਾ ਅੱਡਾ ਹੈਗਾ ਉਹ ਗਿਆ ਸੀ ਖਾਣਾ ਖਾਣ ਕਰ 5-10 ਮਿੰਟ ਲਈ ਉਹ ਕਹਿੰਦਾ ਤੂੰ ਹੋ ਜਾ ਮੈਂ 5 ਮਿੰਟ ਚਾਹਨਾ ਪਿਆ ਵਾਂ ਤੇ ਮੈਂ ਚਲੇ ਗਿਆ ਸਾਨੂੰ ਜਾ ਕੇ ਉੱਥੇ ਧਮਕੀਆਂ ਦੇ ਰਹੇ ਆ ਵੀ 400-500 ਤੇ ਬੂਟੇ ਅਸੀਂ ਮੀਡੀਆ ਬੁਲਾ ਲਾਂਗੇ ਇਹ ਦੋਵੇਂ ਮੀਆਂ ਬੀਬੀ ਲੜਨ ਦੇ ਇਰਾਦੇ ਨਾਲ ਉਸ ਦਿਨ ਸਾਡੇ ਕੋਲ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਮੀਡੀਆ ਬੁਲਾ ਲਾਂਗੇ ਤੁਹਾਨੂੰ ਨੰਗੇ ਕਰ ਦਿਆਂਗੇ ਤੁਹਾਨੂੰ ਸਰਦਾਰਾਂ ਨੂੰ ਇਹ ਕਰ ਦਿਆਂਗੇ ਉਹ ਮੈਂ ਕਿਹਾ ਬੀਬੀ ਮੇਰੇ ਹੱਥ ਜੁੜੇ ਤੂੰ ਪਿੱਛੇ ਹੋ ਜਾ ਬੰਦੇ ਨੂੰ ਗੱਲ ਕਰ ਲੈਂਦੇ ਇਸ ਗੱਲ ਦੇ ਮੇਰੇ ਕੋਲ 4 ਗਵਾਹ ਮੌਜੂਦ ਨੇ ਉਸ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹਿੰਦੇ ਸੁਣਿਆ ਬਈ ਬੀਬੀ ਪਰੇ ਹੋ ਜਾ ਮੈਂ ਜਨਾਨੀਆਂ ਨਾਲ ਗੱਲ ਨਹੀਂ ਕਰਨੀ ਆਪਣੇ ਬੰਦੇ ਨੂੰ ਅੱਗੇ ਕਰ ਇਹ ਮੈਂ 4 ਗਵਾਹ ਪੇਸ਼ ਵੀ ਕਰ ਦਿਆਂਗਾ ਠੀਕ ਹੈ ਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਗਵਾਹਾਂ ਦੀ ਮੂੰਹ ਬੋਲੀ ਦੀ ਵੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਮੂੰਹ ਦੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਉਸ ਤੋਂ ਬਾਅਦ ਇਹ ਹੋਇਆ ਉਹ ਘਰ ਵਾਲਾ ਮੈਨੂੰ ਬੋਲਣ ਲੱਗ ਪਿਆ ਤੂੰ ਏਦਾਂ ਤੂੰ ਓਦਾਂ ਤੂੰ ਕੋਠੀ ਪਾ ਲੈਣੀ ਮੈਂ ਕਿਹਾ ਉਹ ਭਰਾ ਆਉਂਦਾ ਪਿਆ ਉਹਨੇ ਨਾਲ ਗੱਲ ਕਰ ਲਈ ਉਹ ਮੇਰੇ ਤੇ ਹਾਵੀ ਹੋ ਗਿਆ ਜਨਾਨੀ ਨੂੰ ਕਿਹਾ ਤੂੰ ਭਰਾਵਾ ਪਿੱਛੇ ਹੋ ਜਾ ਤੂੰ ਮੇਰੇ ਨਾਲ ਆ ਅੱਗੇ ਤੇਰਾ ਬੰਦਾ ਮੇਰੇ ਨਾਲ ਬੈਸਣ ਡਿਆ ਠੀਕ ਹੈ ਉਹ ਫਿਰ ਮੇਰੀ ਟੀ ਸ਼ਰਟ ਪਾੜ ਦਿੱਤੀ ਉਹਨੇ ਮੇਰੀ ਦਾੜੀ ਪੁੱਟੀ ਮੇਰੀ ਟੀ ਸ਼ਰਟ ਪਾੜਤੀ ਮੇਰੀ ਸਿਰੀ ਸਾਹਿਬ ਨੂੰ ਹੱਥ ਪਾਇਆ ਦੱਸੋ ਮੈਂ ਕੋਈ ਪਹਿਲੇ ਕਾਰਵਾਈ ਨਹੀਂ ਕੀਤੀ ਕਾਰਵਾਈ ਕੀਤੀ ਉਹਨਾਂ ਨੇ ਮੈਂ ਸਿਰਫ ਜਵਾਬੀ ਆਪਣਾ ਬਚਾਅ ਕੀਤਾ ਜੇ ਜਵਾਬੀ ਬਚਾਅ ਆਪਣਾ ਗੁਨਾਹ ਹੈ ਤੇ ਮੈਂ ਇਸ ਗੱਲ ਦਾ ਗੁਨਾਹਗਾਰ ਹਾਂ
ਮੈਂ ਪੂਰੇ ਕਾਨੂੰਨ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਬਈ ਜੇ ਮੈਂ ਆਪਣੀ ਜਵਾਬੀ ਰੱਖਿਆ ਕੀਤੀ ਏ ਇਹਦਾ ਮਤਲਬ ਮੈਂ ਗੁਨੇਗਾਰ ਹੋ ਗਿਆ। ਮੇਰੀ ਦਾੜੀ ਪੱਟੀ ਮੇਰੇ ਕੋਲ ਹੱਲੇ ਤੱਕ ਉਹਦੇ ਵਾਲ ਹੈਗੇ ਨੇ, ਮੈਂ ਉਹ ਤੁਹਾਨੂੰ ਸਬੂਤ ਦੇ ਤੌਰ ਤੇ ਉਹ ਵਾਲ ਦਿਖਾ ਦਿੰਦਾ। ਮੇਰੇ ਨਿਸ਼ਾਨ ਪਏ, ਮੇਰੀ MLR ਪਹਿਲੇ ਕੱਟੀ ਗਈ ਪਰ ਮੇਰੀ ਸੁਣਵਾਈ ਨਹੀਂ ਹੋਈ। ਇਹ ਤਾਂ SHO ਸਾਹਿਬ ਨੂੰ ਪਤਾ ਹੋਵੇ ਬਈ ਉਹਨਾਂ ਨੇ ਮੇਰੀ ਕਿਉਂ ਨੀ ਦਰਖਾਸਤ ਲਿੱਤੀ, ਠੀਕ ਹੈ। ਇਹ SHO ਪੁਲਿਸ ਵਾਲਿਆਂ ਨੂੰ ਪਤਾ ਹੋਵੇ ਇਹ ਸਾਡੀ ਦਰਖਾਸਤ ਕਿਉਂ ਨੀ ਲਿੱਤੀ ਜਾ ਰਹੀ। ਸਾਡੀ ਦਰਖਾਸਤ ਲਿੱਤੀ ਨੀ ਉਹਨਾਂ ਨੇ, 3 ਦਿਨ ਮੈਨੂੰ ਟਰਕਾਉਂਦੇ ਰਹੇ। 3 ਦਿਨਾਂ ਦੇ ਵਿੱਚ ਮੈਨੂੰ ਪਤਾ, 4th ਦਿਨ ਪਤਾ ਲੱਗਾ ਮੇਰੇ ਤੇ ਉਹਨਾਂ ਨੇ 4 ਧਾਰਾਵਾਂ ਲਾ ਕੇ ਪਰਚਾ ਕਰ ਦਿੱਤਾ, ਜਦਕਿ ਸਾਡੀ ਕੋਈ ਵੈਲਿਊ ਨੀ ਪੰਜਾਬ ਵਿੱਚ ਰਹਿਣ ਵਾਲਿਆਂ ਦੀ। ਬਾਹਰ शूज चेंज उनसे मैंने जूते खरीदे, पसंद आ गए, उन्होंने 1 महीने की गारंटी दी, तो हमने घर पे जाके चेक किए तो जूते जो है फटे हुए निकले, जले हुए निकले। हम जाके डिफेक्टेड पीस था, जाके दोबारा चेंज कराने लगे उनसे, तो उन्होंने एक दफ़े कह दिया कि मतलब दोबारा आना, फिर दोबारा गए, फिर दोबारा बुलाया, 3 दफ़े उन्होंने ऐसी घेड़ी लगवा ली। फिर हम जब 3री मरतबा गए उनके पास में शूज़ चेंज करवाने के लिए, तो उन्होंने तानाशाही दिखाई और गंदे कमेंट किए। उसका विरोध मेरे पति ने किया तो उनको उसने मारा पीटी करी, मेरे पति ने वीडियो बनानी शुरू करी तो उन्होंने और मारना शुरू करा। मैंने अपने पति के बचाव के लिए मैं बीच में आ गई और मैंने फिर उसने मुझे मारना शुरू कर दिया। पहले उसने मेरी बाँ मोड़ी, मुझे बालों से पकड़ के फेंक के मारा, मेरी बाँ मोड़ी, मेरे मुँह पर चपेट मारे, मेरे सीने पर मारे, मेरे सर पर कड़े मारे उसने। उसने मेरे साथ बहुत ज़्यादा अत्याचार किया है और मुझे बार बार ये प्रेशर डाला जा रहा है कि राजीनामा कर लो, राजीनामा कर लो, पर मैं इंसाफ चाहती हूँ। कहाँ से लिए थे ये शूज़? कहाँ से लिए थे ये शूज़? हमने मस्जिद के सामने जो दुकान लगती है शूज़ वालों की, वहाँ से लिए। कौन सी जगह? वाकई कहाँ का है? जो ज्योति चौक का जी। हाँ जी, ज्योति चौक का है। बार बार वो प्रेशर डाल रहे हैं हम पे। नहीं, किसके द्वारा ये प्रेशर डाला जा रहा है? ये मैडम, अगर पहली बात तो कोई चीज़ ख़राब निकलती है उसकी हम फोटो भी खींच लेते हैं, कोई वीडियो आजकल फ़ोन सबके पास है, तो जो उसकी कोई है आपके पास फोटोग्राफ? भैया, हमने सोचा कि एक छोटी सी चीज़ है, हमें कोई इसका इशू थोड़ी ना बनाना था। हम तो बस सोचा चेंज करवाना आगे, जैसे नॉर्मल हम भी दुकानदार हैं, कोई चीज़ हमसे खराब हो जाती है। कौन डाल रहा है आपके ऊपर राजीनामे का? सर, उनकी तरफ से ही आ रहा है, अपोजिट पार्टी की तरफ से, कि वो जिन्होंने हमें मारा है, पीटा है, हमें जुर्म किया, वही हम पे प्रेशर डलवा रहे हैं। इसमें कुछ पॉलिटिशियन के किसी विशेष व्यक्ति का नाम आप लेना चाहेंगे इसमें, जिसके द्वारा आप पे प्रेशर बनाया जा रहा है? मुझे इतना उनका नाम याद नहीं है, पर मैंने उनके चेहरे तो देखे ही नहीं। कॉल आ रही है पॉलिटिक्स से, आपने कहा ना पॉलिटिक्स, कोई कॉल आ रही है या कोई व्यक्ति आपके घर में आ रहा है? हमारे घर पे नहीं। हाँ, जब मैं थाने में गई थी उसी टाइम 4-5 बंदे आ गए थे, सरदार जो थे, सरदार, और फिर उन्होंने ना मुझसे कहा कि आप ना राजीनामा कर लो, तो मैंने साफ इनकार कर दिया कि मैं राजीनामा नहीं करूंगी। राजनीतिक लोन कौन? मेरा नाम अयूब खान है। गल है कीता कि एक ज्योति चौंक दे विच शूज़ नूं लैके थोड़ा जिहा जिहड़ा है माड़े कही सुनी तो हो ही सी, पर उहदा नतीजा यह निकलूगा कि औरत नाल बेरहमी नाल कुटमार की जाए। बहुत ज़्यादा यह निंदणयोग घटना आ। गल हैगी कि घटना तो बाद थाने चले गए, थाने बाद कंप्लेट हुई है, इन्हें बहुत ज़्यादा प्रैशर भी पिया, परचा दर्ज हो गया। चलो उत्थे तक दी गल। अगली गल यह है कि राती जिहड़ी सिख तालमेल कमेटी आ, सिख तालमेल कमेटी ने उत्थे धरना दिता, जाके धरना दे के बाद च उन्होंने जाके CP साहब के दफ्तर जाके धरना दिता। ठीक है, प्रेशर पाया जा रहा। मैं उन्होंने ये कहां, SHO साहब को चले गए, डिप्टी साहब को चले गए, कि डिप्टी साहब उन्होंने SHO साहब उन्होंने प्रूफ नहीं दिते होने, वीडियो नहीं दिखाई होनी, और फिर भी वो कहते सिख तालमेल सिख तालमेल कारी चलती पी आ, जब उन्होंने वीडियो देख के भी एक औरत से तरस नहीं आया। नहीं, तुम एक बार गलबात करने की कोशिश की सिख तालमेल कमेटी ने, तो की कहना भाजी उन्होंने बिना वीडियो देखे
ਬਿਨਾਂ ਔਰਤ ਨੂੰ ਸੁਣੇ ਉਹ ਧਰਨੇ ਦੀਆਂ ਧਮਕੀਆਂ ਦੇਣ ਡਏ ਆ, ਹੈ ਉਹ ਸਿੱਖ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਦਾ ਲੜਾਉਣ ਦਾ ਕੰਮ ਕਰ